ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਪੰਜਾਬ ਬਚਾਓ ਯਾਤਰਾ ਮੋਗੇ ਵਿਖੇ ਪਹੁੰਚੀ ਤੇ ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ, ਜਿਨ੍ਹਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਯਾਤਰਾ ਸੰਜੀਤ ਸਿੰਘ ਸੰਨੀ ਗਿੱਲ, ਹਲਕਾ ਇੰਚਾਰਜ ਮੋਗਾ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਸਰਦਾਰ ਬਰਜਿੰਦਰ ਸਿੰਘ ਬਰਾੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਧੀਰਜ ਸਿੰਘ ਮਾਲਾ ਜੀ, ਦਵਿੰਦਰ ਸਿੰਘ ਰਨੀਆ ਜੀ ਦੀ ਦੇਖ ਰੇਖ ਵਿੱਚ ਕੱਢੀ ਗਈ, ਜਿਸ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ। ਇਸ ਮੌਕੇ ਲੋਕ ਆਪ ਮੁਹਾਰੇ ਪਹੁੰਚੇ, ਜਿਨ੍ਹਾਂ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬਹੁਤ ਹੀ ਭਰਵਾਂ ਸਵਾਗਤ ਕੀਤਾ ਗਿਆ। ਆਓ ਨਜ਼ਰ ਮਾਰਦੇ ਹਾਂ ਪੰਜਾਬ ਬਚਾਓ ਯਾਤਰਾ ਦੀਆਂ ਕੁਝ ਝਲਕੀਆਂ 'ਤੇ। ਸੰਘਰਸ਼ ਦੇ ਇਤਿਹਾਸ ਨੂੰ ਪੜ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ ਖਾ ਕੁੱਟਾਂ ਲਾਲਾ ਮੋਰਚੇ ਅਸੀਂ ਜੇਲਾਂ ਭਰੀਆਂ ਖਾ ਕੁੱਟਾਂ ਲਾਲਾ ਮੋਰਚੇ ਅਸੀਂ ਜੇਲਾਂ ਭਰੀਆਂ ਤੁਸੀਂ ਕੀ ਨਹੀਂ ਅਕਾਲੀਓ ਕੁਰਬਾਨੀਆਂ ਕਰੀਆਂ ਹੁਣ ਜਾਗੋ ਫੇਰ ਜੁਝਾਰੂ ਅਣਖਾਂ ਨੂੰ ਜਗਾ ਲਓ ਪੰਜਾਬ ਬਚਾ ਲੋ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਅਸੀਂ ਮਾਰਾਂ ਖਾ ਖਾ ਲਈ ਸੀ ਜਿਹੜੀ ਖੁਦ ਮੁਖ ਤਿਆਰੀ ਸਾਥੋਂ ਖੋਂਦਿਆਂ ਖੋਂਦਿਆਂ ਖੋ ਲਈ ਸਾਰੀ ਦੀ ਸਾਰੀ ਜਿਹੜੇ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆ ਤਾ ਹਾਂ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆ ਤਾ ਉਹਨਾਂ ਦਿੱਲੀ ਕੋਲ ਪੰਜਾਬ ਨੂੰ ਫਿਰ ਗਹਿਣੇ ਪਾਤਾ ਹੁਣ ਬਹੁਤ ਬੜਾ ਕੁਝ ਹੋ ਗਿਆ ਜ਼ਰਾ ਹੋਸ਼ ਸੰਭਾਲੋ ਹੁਣ ਬਹੁਤ ਬੜਾ ਕੁਝ ਹੋ ਗਿਆ ਜ਼ਰਾ ਹੋਸ਼ ਸੰਭਾਲੋ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉੱਠੋ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਜਾਗੋ ਪੰਜਾਬ ਬਚਾਉਣਾ ਪਊ ਜੇ ਨਾ ਜਾਗੇ ਪਛਤਾਉਣਾ ਪਊ ਪੰਜਾਬੀ ਵਕਤ ਵੰਗਾਰ ਰਿਹਾ ਪੰਜਾਬੀ ਵਕਤ ਵੰਗਾਰ ਰਿਹਾ ਇੱਕ ਠੋਕ ਸਾਹਮਣੇ ਇੱਕ ਠੋਕ ਸਾਹਮਣੇ ਆਉਣਾ ਪਊ ਇੱਕ ਠੋਕ ਸਾਹਮਣੇ ਪਾਰਟੀ
ਸਾਰਾ ਇਕੱਠ ਕੀਤਾ ਸਾਰੇ ਮਹੱਲੇ ਵਾਲਿਆਂ ਨੇ। ਇਹ ਮੋਗੇ ਦੇ ਵਿੱਚ ਇੰਟਰੀ ਜਿਹੜੀ ਆ ਪਹਿਲਾਂ ਪੜਾਅ ਪੂਰੀ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਨੇ ਕੀਤਾ। ਬਹੁਤ ਬਹੁਤ ਧੰਨਵਾਦੀ ਹਾਂ ਮੈਂ ਭਾਈ ਇਕਬਾਲ ਸਿੰਘ ਮੰਗੇ ਦਾ, ਸਰਦੇਵ ਸਿੰਘ ਮੰਗੇ ਵਾਲੀ ਪਰਿਵਾਰ ਦਾ, ਜਗਮੀਤ ਮੰਗੇ ਦਾ, ਆ ਭਾਈ ਇਕਬਾਲ ਮੰਗਾ ਬੁੱਕੇ ਦੇਣ ਆ ਰਿਹਾ ਜੀ। ਬੋਲਦਾ ਸਰਦੇਵ ਸਿੰਘ ਬਾਲ ਸਿੰਘ ਮੰਗਾ, ਗੁਰਸਾਹਿਬ ਸਿੰਘ ਬਰਾੜ, ਭਾਈ ਇਕਬਾਲ ਮੰਗੇ ਨੂੰ ਨੇੜੇ ਆ ਲੈਣ ਦਿਓ, ਜਗਮੀਤ ਮੰਗਾ ਕਰਾ ਗਿਆ ਫੋਟੋ, ਇਕਬਾਲ ਸਿੰਘ ਮੰਗੇ ਨੂੰ ਆ ਲੈਣ ਦਿਓ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਮੰਗੇ ਵਾਲੀ ਆ, ਜਗਪਾਲ ਸਿੰਘ ਐਮ ਡੀ ਭਾਂਗਰ ਫਿਰੋਜ਼ਪੁਰ, ਆ ਇਕਬਾਲ ਸਿੰਘ ਮੰਗਾ ਬਾਈ ਆ ਰਿਹਾ ਜੀ, ਸਵਾਗਤ ਕੀਤਾ ਬਾਦਲ ਸਾਹਿਬ ਦਾ। ਇਹ ਸਰਦਾਰ ਸੁਖਦੇਵ ਸਿੰਘ ਮੰਗੇ ਹੈ ਤੋਂ ਬਾਅਦ ਜੀ ਪੂਰੇ ਤਗੜੇ ਹੋਏ ਆ ਜੀ ਪਰਿਵਾਰ ਦੇ ਮੈਂਬਰ ਲੀਡਰ। ਜਗਮੀਤ ਆ ਜੀ ਮੁੰਡਾ ਆਪਣਾ ਯੂਥ ਅਕਾਲੀ ਦਲ ਦਾ, ਬਹੁਤ ਤਗੜਾ ਤੇ ਸਰਗਰਮ ਵਰਕਰ ਆ, ਸਰ ਸੁਖਦੇਵ ਸਿੰਘ ਮੰਗੇ ਦਾ ਪੋਤਰਾ। ਤੁਸੀਂ ਸਾਰੇ ਜਾਣਦੇ ਹੋ ਮੈਂ ਆਪਣੀ ਸਿਆਸੀ ਜੀਵਨ ਇਸ ਹਲਕੇ ਤੋਂ ਸ਼ੁਰੂ ਕੀਤਾ। ਪਹਿਲੀ ਵਾਰ ਮੈਂ 92 ਐਮ ਪੀ ਇੱਥੋਂ ਬਣਿਆ, ਮੋਗਾ ਐਮ ਪੀ ਹਲਕੇ ਵਿੱਚ 9 ਹਲਕੇ ਹੁੰਦੇ ਆ, ਮੇਰੇ 'ਚ ਇੱਕ ਮੋਗਾ ਸੀ ਤੇ ਮੋਗੇ ਹਲਕੇ 'ਚ ਜਿੰਨੇ ਵਾਰ ਵੀ ਮੈਂ ਇਲੈਕਸ਼ਨ ਲੜਿਆ ਹਰ ਵਾਰ ਤੁਸੀਂ ਮੈਨੂੰ ਲੀਡ ਦਿੱਤੀ। ਤੁਸੀਂ ਜਾਣਦੇ ਹੋ ਅਸੀਂ ਜਿੰਨੀ ਵੀ ਤਰੱਕੀ ਇੱਥੇ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਅਕਾਲੀ ਦਲ ਦੀ ਸਰਕਾਰ, ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਜਦੋਂ ਵੀ ਸਰਕਾਰ ਇਹਨਾਂ ਦੀ ਆਉਂਦੀ ਹੈ ਪੰਜਾਬ ਨੂੰ ਪਿੱਛੇ ਛੱਡ ਦਿੰਦੇ। ਪੰਜਾਬੀਆਂ ਦੀ ਇੱਕੋ ਇੱਕ ਆਵਾਜ਼ ਹੈ ਸ਼੍ਰੋਮਣੀ ਅਕਾਲੀ ਦਲ, ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਜਿੰਨੀਆਂ ਵੀ ਪੰਜਾਬ 'ਚ ਬਣਦੀਆਂ ਦਿੱਲੀਓਂ ਸਰਕਾਰਾਂ ਸਭਨਾਂ ਦੀਆਂ ਰਹੀਆਂ ਹਿਲਦੀਆਂ ਜਾਈ, ਹਾਂ ਇੱਕੋ ਅਕਾਲੀ ਪਾਰਟੀ ਪੰਜਾਬ ਦੀ ਜਾਈ, ਜਿਹੜੀ ਲੜਦੀ ਰਹੀ ਪੰਜਾਬ ਦੇ ਹੱਕਾਂ ਦੀ ਲੜਾਈ, ਇਹਨੂੰ ਰੱਖਣਾ ਚੜ੍ਹਦੀ ਕਲਾ ਵਿੱਚ ਅੱਜ ਕਸਮ ਪਾ ਲੋ, ਇਹਨੂੰ ਰੱਖਣਾ ਚੜ੍ਹਦੀ ਕਲਾ ਵਿੱਚ ਅੱਜ ਕਸਮ ਪਾ ਲੋ। ਓਏ ਉਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ, ਉੱਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ। ਸੰਘਰਸ਼ ਦਾ ਭਏ ਲੱਗਦੇ ਨਾਰੇ,
ਹਾਂ ਵੱਜਿਆ ਬਿਗਲ ਸੰਘਰਸ਼ ਦਾ ਪਏ ਲੱਗਦੇ ਨਾਰੇ ਪਏ ਝੂਲਣ ਝੰਡੇ ਕੇਸਰੀ ਗੂੰਜਣ ਜੈਕਾਰੇ ਪੰਜਾਬ ਬਚਾ ਲਓ ਉੱਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲਓ ਜ਼ਰਾ ਵੇਖੋ ਸਿੱਖ ਸੰਘਰਸ਼ ਦੇ ਇਤਿਹਾਸ ਨੂੰ ਪੜ੍ਹ ਕੇ ਅਸੀਂ ਕਿਵੇਂ ਲਿਆ ਪੰਜਾਬ ਇਹ ਦਿੱਲੀ ਤੋਂ ਲੜ ਕੇ ਕੁਰਬਾਨੀਆਂ ਕਰੀਆਂ ਹੁਣ ਜਾਗੋ ਫੇਰ ਜੁਝਾਰੂ ਅਣਖਾਂ ਨੂੰ ਜਗਾ ਲੋ ਜਾਗੋ ਏ ਫੇਰ ਜੁਝਾਰੂ ਅਣਖਾਂ ਨੂੰ ਜਗਾ ਲੋ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਅਸੀਂ ਮਾਰਾਂ ਖਾਖਾ ਲਈ ਸੀ ਜਿਹੜੀ ਖੁਦ ਮੁਖ ਤਿਆਰੀ ਸਾਥੋਂ ਖੋਂਦਿਆਂ ਖੋਂਦਿਆਂ ਖੋ ਲਈ ਸਾਰੀ ਦੀ ਸਾਰੀ ਜਿਹੜੇ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆ ਤਾ ਹਾਂ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆ ਤਾ ਹੁਣ ਦਿੱਲੀ ਕੋਲ ਪੰਜਾਬ ਨੂੰ ਫਿਰ ਗਹਿਣੇ ਪਾ ਤਾ ਸੰਭਾਲੋ ਹੁਣ ਬਹੁਤ ਬੜਾ ਕੁਝ ਹੋ ਗਿਆ ਜ਼ਰਾ ਹੋਸ਼ ਸੰਭਾਲੋ ਹੋਏ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਉੱਠੋ ਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਜਾਗੋ ਪੰਜਾਬ ਬਚਾਉਣਾ ਪਊ ਜੇ ਨਾ ਜਾਗੇ ਪਛਤਾਉਣਾ ਪਊ ਪੰਜਾਬੀ ਵਕਤ ਵੰਗਾਰ ਰਿਹਾ ਪੰਜਾਬ ਦੇ ਹੱਕਾਂ ਦੀ ਲੜਾਈ ਇਹਨੂੰ ਰੱਖਣਾ ਚੜ੍ਹਦੀ ਕਲਾ ਵਿੱਚ ਅੱਜ ਕਸਮ ਪਾ ਲੋ ਇਹਨੂੰ ਰੱਖਣਾ ਚੜ੍ਹਦੀ ਕਲਾ ਵਿੱਚ ਅੱਜ ਕਸਮ ਪਾ ਲੋ ਓਏ ਉੱਠੋ ਓਏ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਜਿਸ ਤਰੀਕੇ ਦੇ ਨਾਲ ਆ ਰਹੇ ਹੈਗੇ ਆ
ਐਡੇ ਐਡੇ ਲੰਬੇ ਜਾਮ ਜਿਹੜੇ ਹੈਗੇ ਲੱਗੇ ਹੋਏ ਨੇ ਔਰ ਲੱਖਾਂ ਦੀ ਗਿਣਤੀ ਸੰਗਤਾਂ ਜਿਹੜੀਆਂ ਹੈਗੀਆਂ ਉਹ ਨਤਮਸਤਕ ਹੋ ਰਹੀਆਂ ਨੇ ਉਸ ਵੇ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਰਾਜ ਕੀਤਾ ਸੀਗਾ, ਜਿਸ ਤਰੀਕੇ ਦੇ ਨਾਲ ਲੋਕ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮਸੀਹਾ ਨੂੰ ਯਾਦ ਕਰਦੇ ਆ, ਔਰ ਜਿਸ ਤਰੀਕੇ ਨਾਲ ਪੰਜਾਬ ਨੂੰ ਵਾਕਈ ਬਚਾਉਣ ਦੀ ਲੋੜ ਸੀ, ਜਿਸ ਦੇ ਨਾਲ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਆ, ਔਰ ਉਹ ਲੋਕਾਂ ਨੂੰ ਜਿਹੜੇ ਕਿ ਭੋਲੇ ਭਾਲੇ ਲੋਕ ਸੀਗੇ ਸਮਝ ਆ ਚੁੱਕਿਆ ਸਾਰਾ ਕੁਝ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਇਹ ਵੀ ਦੇਖੋ, ਜਿਹੜੀ ਖੇਤਰੀ ਪਾਰਟੀ ਹੈ ਇੱਕ ਹੀ ਇੱਕ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਜਦੋਂ ਤੁਹਾਡੀ ਖੇਤਰੀ ਪਾਰਟੀ ਜਿਹੜੀ ਸਟੇਟ ਦੀ ਕਾਮਯਾਬ ਹੈ ਉਹ ਸਟੇਟ ਕਾਮਯਾਬ ਹੈ, ਅਤੇ ਆਪਾਂ ਲੋਕਾਂ ਨੂੰ ਚਾਹੀਦਾ ਵੀ ਖੇਤਰੀ ਪਾਰਟੀ ਨੂੰ ਕਾਮਯਾਬ ਰੱਖੋ ਤਾਂ ਕਿ ਆਪਣੇ ਸਟੇਟ ਦੇ ਜਿਹੜੇ ਕੰਮ ਹੈ ਉਹ ਤਾਂ ਹੀ ਹੁੰਦੇ ਹੈ। ਜਦੋਂ ਵੀ ਆਪਣੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਸਾਰੇ ਕੰਮ ਹੋਏ ਹੈ, ਚਾਹੇ ਉਹ ਪਿੰਡਾਂ ਦੇ ਵਿੱਚ ਮੰਡੀਆਂ ਲੈ ਲਓ, ਚਾਹੇ ਸੜਕਾਂ ਲੈ ਲਓ, ਚਾਹੇ ਸਕੂਲ ਲੈ ਲਓ, ਚਾਹੇ ਤੁਸੀਂ ਹਸਪਤਾਲ ਲੈ ਲਓ। ਇਸ ਕਰਕੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕੰਮ ਕੀਤਾ ਕਿ ਜੇ ਸੜਕਾਂ ਪੱਕੀਆਂ ਹੋਈਆਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ, ਸਾਰੇ ਕੰਮ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਹਮੇਸ਼ਾ ਪੰਜਾਬ ਦਾ ਸਭ ਤੋਂ ਇੱਕ ਨੰਬਰ ਸੂਬਾ ਸੀਗਾ ਜਿਹੜਾ ਹੁਣ ਇਹ ਪਿੱਛੇ ਹਟ ਗਿਆ, ਕਿਉਂਕਿ ਇਹਨਾਂ ਨੇ ਗੱਪ ਹੀ ਮਾਰੇ ਹੈ ਅਤੇ ਗੱਪਾਂ ਵਾਲੀ ਸਰਕਾਰ ਹੈ, ਇਹਨੇ ਗੱਪ ਤੋਂ ਬਿਨਾਂ ਹੋਰ ਕੁਛ ਨਹੀਂ ਕੀਤਾ। ਸਾਡੇ ਹੁਣ ਦੇਖ ਲਓ ਵੀ ਤੁਸੀਂ ਸੜਕਾਂ ਪਿੰਡਾਂ ਦੀਆਂ ਦੇਖ ਲਓ, ਕਿਸੇ ਦੀ ਮੁਰੰਮਤ ਤੱਕ ਵੀ ਨਹੀਂ ਕੀਤੀ। 15-15 ਸਾਲ ਹੋ ਗਏ ਜਦੋਂ ਅਕਾਲੀ ਸਰਕਾਰ ਸੀ ਉਦੋਂ ਦੀਆਂ ਸੜਕਾਂ ਬਣੀਆਂ, ਹੁਣ ਉਹ ਸਾਰੀਆਂ ਟੁੱਟੀਆਂ ਪਈਆਂ। ਜਦੋਂ ਲੋਕ ਲੰਘਦੇ ਆ ਉਹਨਾਂ ਦੇ ਦਿਲ ਦੇ ਵਿੱਚ ਪੀੜਾ ਹੁੰਦੀ, ਜਦੋਂ ਉਖਲੀ 'ਚ ਗੱਡੀ ਵੱਜਦੀ ਨਾ ਉਦੋਂ ਪਤਾ ਲੱਗਦਾ ਵੀ ਇਹ ਕਿਹੜੀ ਸਰਕਾਰ ਦਾ ਕੰਮ ਕੀਤਾ ਹੋਇਆ ਅਤੇ ਹੁਣ ਇਹ ਕਿਉਂ ਨਹੀਂ ਕਰਦੇ। ਅਸੀਂ ਵੀ ਕਈ ਵਾਰੀ ਲੰਘਦੇ ਫਿਰ ਇਹ ਮਹਿਸੂਸ ਕਰਦੇ ਹਾਂ ਵੀ ਯਾਰ ਵੀ ਜਿਹੜੀ ਸਰਕਾਰ ਲੋਕਾਂ ਨੂੰ ਚਾਹੀਦੀ ਸੀ, ਜਿਹਨੇ ਆਟਾ ਦਾਲ ਸਕੀਮ ਦਿੱਤੀ ਗਰੀਬਾਂ ਨੂੰ, ਚਾਹੇ ਪਲਾਟ ਦਿੱਤੇ ਆ ਘਰਾਂ ਗਰੀਬਾਂ ਨੂੰ 5-5 ਮਰਲੇ ਦੇ, ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇ। ਇਹ ਗਰੀਬ ਲੋਕ ਜਿਹੜੇ ਆ ਉਹਨਾਂ ਨੂੰ ਸਹੂਲਤਾਂ ਦੇਣ ਵਾਲੀ ਜਾਂ ਬੁਢਾਪਾ ਪੈਨਸ਼ਨਾਂ ਦੇਣ ਵਾਲੀ ਸਰਕਾਰ ਇੱਕੋ ਹੀ ਹੈ, ਸ਼੍ਰੋਮਣੀ ਅਕਾਲੀ ਦਲ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਵੱਧ ਤੋਂ ਵੱਧ ਜੁੜੋ। ਬਾਕੀ ਸਾਰੀਆਂ ਸਰਕਾਰਾਂ ਆਪਾਂ ਦੇਖ ਹੀ ਲਈਆਂ, ਜਿਹੜੀ ਆ ਜੁਬਲੇ ਵਾਲੀ ਸਰਕਾਰ ਇਹ ਵੀ ਦੇਖ ਲਈ ਹੈ, ਇਹਨੇ ਹੁਣ ਤੱਕ ਕੁਛ ਨਹੀਂ ਕੀਤਾ ਗੱਲਾਂ ਨਾਲ ਹੀ ਸਾਰਿਆਂ। ਹੁਣ ਤਾਂ ਹੀ ਲੋਕ ਜਿਹੜੇ ਅੱਜ ਪੰਜਾਬ ਬਚਾਓ ਯਾਤਰਾ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕੱਢ ਰਹੇ ਨੇ, ਲੋਕਾਂ ਦਾ ਇੰਨਾ ਸ਼ਾਹ ਹੈ, ਲੋਕਾਂ ਦੇ ਵਿੱਚ ਹੜ ਆਇਆ ਹੋਇਆ, ਜਿੱਥੇ ਵੀ ਜਾਂਦੇ ਨੇ ਲੋਕ ਆਪ ਭਾਰੇ ਉਹਨਾਂ ਦੇ ਨਾਲ, ਜਿੱਥੇ ਵੀ ਜਾਂਦੇ ਪੂਰਾ ਸਵਾਗਤ ਹੁੰਦਾ। ਅਤੇ ਮੈਂ ਲੋਕਾਂ ਨੂੰ ਇਹ ਵੀ ਬੇਨਤੀ ਕਰੂੰਗਾ ਭਰਾਓ, ਅੰਦਰੋਂ ਦਿਲੋਂ ਨਾਲ ਕਰੋ ਤਾਂ ਕਿ ਆਉਣ ਵਾਲੀ ਜਿਹੜੀ ਸਰਕਾਰ ਤੁਹਾਡੀ ਫਿਰ ਆਪਣੀ ਆਵੇ, ਜਿਹਦੇ ਨਾਲ ਪੰਜਾਬ ਦਾ ਜਿਹੜਾ ਕੁਛ ਸਵਾਰਿਆ ਜਾ ਸਕੇ, ਪੰਜਾਬ ਜਿਹੜਾ ਪਛਾਹ ਹੋਇਆ ਉਹ ਅੱਗੇ ਆਵੇ, ਪੰਜਾਬ ਜਿਹੜਾ ਇੱਕ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਜਿਹਨੂੰ ਅੱਜ ਇਹਨਾਂ ਨੇ ਸਾਰਿਆਂ ਨੇ ਮਿੱਟੀ ਦੇ ਵਿੱਚ ਮਿਲਾਇਆ ਹੋਇਆ, ਕੋਈ ਸਾਰੇ ਪਾਸੇ ਇਹਨਾਂ ਦੀ ਸਾਰੇ ਪੰਜਾਬ ਦੀ ਇਹਨਾਂ ਨੇ ਦੁਰਦਸ਼ਾ ਕੀਤੀ ਸਾਰੇ ਪਾਰਟੀਆਂ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਖੇਤਰੀ ਪਾਰਟੀ ਉਹਨੂੰ ਲਿਆਓਗੇ। ਇਹ ਨਾ ਕੁਝ ਕਹਿੰਦਾ, ਤੁਹਾਨੂੰ ਧੰਨਵਾਦ ਕਰਦਾ ਸਾਰਿਆਂ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਅੱਜ ਦਾ ਇਕੱਠ ਦਰਸਾਉਂਦਾ ਹੈ ਦੁਬਾਰੇ 97 ਵਾਲੀ ਰੌਣਕਾਂ ਆ ਜੂਗੀ ਸਾਡੇ ਪੰਜਾਬ 'ਤੇ। ਪਰਮਾਤਮਾ ਕਿਰਪਾ ਕਰੇ, ਜਿਵੇਂ 97 'ਚ ਲੋਕ ਜੇ ਉਤਸ਼ਾਹ ਸੀ, ਅੱਜ ਉਸ ਤਰ੍ਹਾਂ ਵੇਖਣ ਨੂੰ ਮਿਲਿਆ। ਜੋ ਅੱਜ ਦੀ ਪੰਜਾਬ ਬਚਾਓ ਯਾਤਰਾ, ਸਰਦਾਰ ਸੁਖਬੀਰ ਸਿੰਘ ਜੀ ਬਹੁਤ ਸਤਿਕਾਰ ਮਿਲ ਰਿਹਾ। ਜਿਹੜੀ ਇਹ ਯਾਤਰਾ ਹੈ ਇਹ ਪੰਜਾਬ ਦੇ ਹੱਕਾਂ ਦੀ ਗੱਲ ਹੈ, ਪੰਜਾਬ ਦੇ ਜੋ ਆਮ ਪਾਰਟੀ ਨੇ ਵਿਕਾਸ ਦੀ ਦਾ ਵਿਨਾਸ਼ ਕੀਤਾ, ਲੋਕਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਨੇ ਯਾਤਰਾ ਆਰੰਭੀ ਹੈ, ਅਤੇ ਲੋਕ ਬਹੁਤ ਪਿਆਰ ਅਤੇ ਸਤਿਕਾਰ ਨਾਲ ਉਹਨਾਂ ਦਾ ਮਾਣ ਸਤਿਕਾਰ ਕਰ ਰਹੇ ਹਨ। ਪਿੰਡਾਂ ਪਿੰਡਾਂ ਵਿੱਚ ਜਿੱਥੇ ਵੀ ਜਾਂਦੇ ਹਾਂ ਸਭ ਤੋਂ ਵੱਧ ਸਤਿਕਾਰ ਹੁੰਦਾ, ਇੰਨੀ
ਬੇਨਤੀ ਕਰਦੇ ਖਿਮਾ ਯਾਚਕਾ ਵਾਹਿਗੁਰੂ ਜੀ ਦਾ ਖਾਲਸਾ।